ਇਹ ਉਹਨਾਂ ਸਾਰੇ ਲੋਕਾਂ ਨਾਲ ਸਾਡੀ ਗੱਲ ਹੈ ਜਿਹੜੇ ਲੋਕ ਕਹਿੰਦੇ ਨੇ ਹਜ਼ਰਤ ਜੀ ਟੁਰਤ ਪਈ ਹੈ ਤੁਹਾਡੇ ਨਾਲ ਲੇਕਿਨ ਇਲਾਕੇ ਦਾ ਬਦਮਾਸ਼ ਇਲਾਕੇ ਦਾ ਵਡੇਰਾ ਇਲਾਕੇ ਦਾ ਫਲਾਣਾ ਸਰਦਾਰ ਉਹ ਨਹੀਂ ਖਲੋਣ ਦਿੰਦਾ ਭਾਈ ਫਿਰ ਤੇ ਜੇ ਤੁਸੀਂ ਆਉਂਦੇ ਮੌਲਾ ਹੁਸੈਨ ਦੇ ਦੌਰ ਵਿੱਚ ਤੇ ਤੁਸੀਂ ਇਹੀ ਮਸ਼ਵਰਾ ਦੇਣਾ ਸੀ ਕਿ ਮੌਲਾ ਹੁਸੈਨ ਤੁਹਾਡਾ ਗੌਰਮੈਂਟ ਨਾਲ ਪੰਗੇ ਲੈਣ ਦੀ ਲੋੜ ਕੀ ਹੈ ਚੁੱਪ ਕਰਕੇ ਉੱਥੇ ਮਸੀਤੇ ਬੈਠੋ ਅੱਲਾ ਅੱਲਾ ਕਰੋ ਤੁਸੀਂ ਗੱਦੀ ਨਸ਼ੀਨੀ ਕਰੋ ਤੁਹਾਡਾ ਇਹ ਹਕੂਮਤਾਂ ਨਾਲ ਪੰਗੇ ਲੈਣਾ ਕੰਮ ਕੀ ਹੈ ਸ਼ੁਕਰ ਹੈ ਕਿ ਉੱਥੇ ਹੈ ਨਹੀਂ ਸਨ ਇਹ ਗੱਲਾਂ ਕਰਨੀਆਂ ਸੌਖੀ ਨਾ ਸੌਖੀਆਂ ਨੇ ਮੈਂ ਹੁਸੈਨੀ ਹਾਂ ਹੁਸੈਨੀ ਹੋਣ ਵਾਸਤੇ ਅਲੀ ਅਕਬਰ ਦੇਣੇ ਪੈਂਦੇ ਨੇ ਆਖਰੀ ਵਕਤ ਜਿਹੜਾ ਆਪਨੇ ਫਰਮਾਇਆ ਸੀ ਨਾ ਹਲ ਮਿਨ ਨਾਸਰੀ ਅਨਸਰੋਨਾ ਹੈ ਕੋਈ ਜਿਹੜਾ ਸਾਡੀ ਮਦਦ ਕਰੇ ਹੈ ਕੋਈ ਮਦਦਗਾਰਾਂ ਵਿੱਚੋਂ ਜੋ ਸਾਡੀ ਮਦਦ ਕਰੇ ਬਾਬਾ ਜੀ ਫਰਮਾਉਂਦੇ ਸਨ ਇਸ ਜੁਮਲੇ ਦਾ ਮਤਲਬ ਇਹ ਹੈ ਕਿ ਕਿਆਮਤ ਤੱਕ ਆਪਨੇ ਫਰਮਾਇਆ ਉਹ ਮੇਰੇ ਨਾਨੇ ਦੀ ਉਮਤ ਕੋਈ ਹੈ ਜੋ ਅਲੀ ਅਕਬਰ ਦੀ ਉਮਰ ਦਾ ਪੁੱਤਰ ਦੇ ਕੇ ਮੇਰੇ ਨਾਨੇ ਦੇ ਦੀਨ ਵਾਸਤੇ ਸਾਡੇ ਨਜ਼ਰੀਏ ਨਾਲ ਖੜਾ ਹੋਵੇ ਕੋਈ ਹੈ ਅਲੀ ਅਸਗਰ ਦੀ ਉਮਰ ਦਾ ਬੇਟਾ ਦੇ ਕੇ ਸਾਡੇ ਨਾਨੇ ਦੇ ਦੀਨ ਦੇ ਨਾਲ ਖੜਾ ਹੋਵੇ ਤੇ ਔਖੇ ਵੇਲੇ ਹੀ ਤੇ ਪਤਾ ਲੱਗਦਾ ਹੈ ਕਿ ਕੌਣ ਜਨਾਬ ਆਲਾ ਹੱਕ ਦੇ ਨਾਲ ਖੜਾ ਹੋਇਆ ਤੇ ਰਹੀ ਗੱਲ ਅਸਤਾਨਿਆਂ ਦੀ ਮੈਂ ਕਿਸੇ ਅਸਤਾਨੇ ਦਾ ਨਾਂ ਨਹੀਂ ਲੈ ਰਿਹਾ ਦਾਵਤ ਤੇ ਫਿਕਰ ਜ਼ਰੂਰ ਦੇ ਰਿਹਾ ਕਿ ਪੀਰੋ ਤੁਹਾਡੀ ਇੱਜ਼ਤ ਖਾਨ ਸਾਹਿਬ ਨਾਲ ਨਹੀਂ ਤੁਹਾਡੀ ਇੱਜ਼ਤ ਮੀਆਂ ਸਾਹਿਬਾਨ ਨਾਲ ਨਹੀਂ ਤੁਹਾਡੀ ਇੱਜ਼ਤ ਜ਼ਰਦਾਰੀ ਸਾਹਿਬ ਨਾਲ ਨਹੀਂ ਤੁਹਾਡੀ ਇੱਜ਼ਤ ਜਨਾਬ ਆਲਾ ਅਸਟੈਬਲਿਸ਼ਮੈਂਟ ਦੇ ਪਿੱਠੂ ਬਣਾਉਣ 'ਚ ਨਹੀਂ ਤੁਹਾਡੀ ਇੱਜ਼ਤ ਰਸੂਲੁੱਲਾ ਦੇ ਦੀਨ ਦੇ ਨਾਲ ਹੈ ਔਰ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਅੱਲਾ ਦੀ ਕਸਮ ਹੈ ਤੁਹਾਡੀ ਇੱਜ਼ਤ ਹਜ਼ੂਰ ਤੇ ਦੀਨ ਦੇ ਨਾਲ ਹੈ ਜਿਹੜਾ ਖਾਵੇ ਦੀਨ ਦੇ ਨਾਂ ਦਾ ਤੇ ਔਖਾ ਵੇਲਾ ਆਵੇ ਤੇ ਹੁਜਰੇ ਦੇ ਵਿੱਚੋਂ ਬਾਹਰ ਨਾ ਨਿਕਲੇ ਉਹਨੂੰ ਮੈਂ ਕੁਝ ਨਹੀਂ ਕਹਿੰਦਾ ਉਹਨੂੰ ਅੱਲਾਮਾ ਇਕਬਾਲ ਕਲੰਦਰ ਲਾਹੌਰੀ ਕੁਝ ਬੋਲ ਰਿਹਾ ਇਕਬਾਲ ਕਹਿੰਦਾ ਹੈ ਜਦੋਂ ਦੀਨ ਤੇ ਔਖਾ ਵੇਲਾ ਆਵੇ ਫਿਰ ਪੀਰ ਪੀਰੀ ਮੁਰੀਦੀ ਨਹੀਂ ਕਰੀਦੀ ਫਿਰ ਬੈਠ ਕੇ ਜਨਾਬ ਆਲਾ ਖਾਨ ਕਾਵਾ ਨਹੀਂ ਚਲਾਈ ਦੀਆਂ ਮੌਲਾ ਹੁਸੈਨ ਦੱਸਿਆ ਜਦੋਂ ਦੀਨ ਤੇ ਔਖਾ ਵੇਲਾ ਆ ਜਾਏ ਫਿਰ ਇਹ ਰਸਮ ਖਾਨ ਕਾਹੀ ਹੈ ਗਮੋ ਅੰਦੋ ਦਿਲਗੀਰੀ ਨਿਕਲ ਕਰ ਖਾਨ ਕਾਹੋਂ ਸੇ ਅਦਾ ਕਰ ਰਸਮ ਸ਼ਬੀਰੀ ਇਹ ਰਸਮ ਖਾਨ ਕਾਹੀ ਹੈ ਗਮੋਂ ਦਿਲਗੀਰੀ ਸਖੀ ਹੁਸੈਨ ਨੇ ਕਰਬਲਾ ਦੀ ਸਰਜ਼ਮੀਨ ਜਾ ਕੇ ਭੁੱਖਾ ਤੇ ਪਿਆਸਾ ਰਹਿ ਕੇ ਸਖੀ ਹੁਸੈਨ ਨੇ ਨਾਨਾ ਦਾ ਮਦੀਨਾ ਛੋੜ ਕੇ ਮੱਕਾ ਛੋੜ ਕੇ ਮੇਰੇ ਇਮਾਮ ਨੇ ਦੱਸਿਆ ਆਇਆ ਦੀਨ ਤੇ ਔਖਾ ਵੇਲਾ ਗਰਾ ਜਾਇਆ ਹੁਸੈਨ ਦਾ ਇਹੀ ਕਿਰਦਾਰ ਹੁੰਦਾ ਆ ਸਾਰੇ ਕੰਮ ਕਾਜ ਨੂੰ ਛੋੜ ਕੇ ਸਾਰੇ ਮਾਮਲਾਤ ਨੂੰ ਇੱਕ ਪਾਸੇ ਰੱਖ ਕੇ ਹੁਸੈਨ ਮੈਦਾਨ ਦੇ ਅੰਦਰ ਖੜਾ ਹੋ ਕੇ ਦੱਸਦਾ ਹੈ।